किन्ने देर तो दोवें तस्वीरां वेखी जाना, दिनां दे विच किन्ना फर्क पै गया है। पुत दे नाल हर स्टेज ते भरा बन खलोते ते दाढ़ी रंगनी भी अज छड दित्ती है। जम्मन वाली सत्कारयोग माता ने उम्र दे मुताबिक कीता जांदा हार शिंगार, काला शाह रंग, कैंची चप्पलां, सधारण जिहे वाल, सधारण जिहा सूट अते कुर्ता पजामा। पुराने वेले आख्या जांदा सी दौलत गुजारन औरत ਮਾਂ ਤੇ ਪੁੱਤਰ ਦੁੱਟੀ ਸੀ ਤੇ ਉੱਪੜ ਕੇ ਕੋਈ ਇੰਜ ਦਾ ਨਿਸ਼ਾਨ ਧਰੁਵ ਧਾਰਾ ਬਣ ਕੇ ਇਕਦਮ ਗਵਾਚ ਜਾਵੇ ਤਾਂ ਅਜਿਹੀ ਮਾਨਸਿਕਤਾ ਹੋਣਾ ਸੁਭਾਵਿਕ ਹੈ। ਸਭ ਕੁਛ ਖਾਲੀ ਖਾਲੀ ਲੱਗਣ ਲੱਗ ਜਾਂਦਾ ਹੈ, ਹੱਸਣ ਨੂੰ ਚਿੱਤ ਨਹੀਂ ਕਰਦਾ, ਖੁਸ਼ੀ ਮੌਕੇ ਆਪਣੇ ਆਪ ਰੋਣ ਨਿਕਲ ਜਾਵੇ, ਤੇਰੇ ਬਾਜੋ ਰੁਲ ਗਿਆ, ਲਗਾਤਾਰ ਸੂਲ ਜਿਹੀ ਚੁੱਭਦੀ ਰਹਿੰਦੀ ਹੈ। ਬਾਪੂ ਬਲਕੌਰ ਸਿੰਘ ਆਖਦਾ ਜਦੋਂ ਵੀ ਨੀਂਦਰ ਪੈਂਦੀ ਹੈ ਤਾਂ ਜਿਉਣ ਜੋਗਾ ਸੁਪਨੇ ਵਿੱਚ ਆ ਜਾਂਦਾ ਹੈ। ਚਿਰਾਂ ਤੋਂ ਗੂੜੀ ਨੀਂਦਰ ਸੁੱਤੀ ਇੱਕ ਬਿਮਾਰ ਮਾਨਸਿਕਤਾ ਅਤੇ ਕੌਮੀਅਤ ਵਾਲੀ ਸਰਕਾਰ ਦੀਆਂ ਭਾਵਨਾ ਇਕੱਠੀਆਂ ਜੋ ਜਾਗ ਗਈਆਂ ਸਨ, ਸਿਸਟਮ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਫਿਰ ਮੁਕਾ ਦਿੱਤਾ ਗਿਆ। ਇੰਜ ਹੀ ਦੀਪ ਸਿੱਧੂ ਨਾਲ ਹੋਇਆ ਸੀ, ਅੱਗਿਓਂ ਵੀ ਹੁੰਦਾ ਰਹੇਗਾ। ਤਿੰਨ ਦਹਾਕੇ ਪਹਿਲਾਂ ਵੀ ਇੰਜ ਹੀ ਹੋਇਆ ਕਰਦਾ ਸੀ, ਰਾਤੋ ਰਾਤ ਚੁੱਕ ਕੇ ਲੈ ਜਾਂਦੇ ਅਤੇ ਅਗਲੀ ਸਵੇਰੇ ਕਿਸੇ ਨਹਿਰ ਵਿੱਚ ਸੁੱਟ ਦਿੰਦੇ ਸੀ। ਆਪਸੀ ਦੁਸ਼ਮਣੀ ਦਾ ਲੇਬਲ ਲਾ ਕੇ ਅੱਜ ਵੀ ਕਿਸੇ ਵਾਰਤਕ ਗੀਤ ਜਾਂ ਰਚਨਾ ਵਿੱਚੋਂ ਕੌਮੀ ਭਾਵਨਾ, ਹੱਕ, ਖੁਦਮੁਖਤਿਆਰੀ ਜਾਂ ਫਿਰ ਅਨੰਦਪੁਰ ਸਾਹਿਬ ਦੀ ਗੱਲ ਹੋਵੇ ਤਾਂ ਉੱਥੇ ਹੀ ਦਬਾ ਲਿੱਤੀ ਜਾਂਦੀ ਹੈ। ਮੂਸੇ ਵਾਲੇ ਦੀ ਇਸੇ ਹੀ ਬੇਵਾਇਕ ਗਾਇਕ ਅਤੇ ਖੁੱਲ੍ਹੇ ਸੁਭਾਅ ਨੇ ਉਸ ਦੀ ਮਾਂ ਤੋਂ ਅੱਜ ਉਸ ਦਾ ਪੁੱਤ ਖੋ ਲਿਆ ਹੈ। ਗੱਲ ਲੰਮੀ ਹੋ ਜਾਣੀ ਹੈ, ਸੋ ਅਖੀਰ ਵਿੱਚ ਸਿਰਫ ਮੈਂ ਇੰਨਾ ਹੀ ਆਖਾਂਗਾ, ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ, ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ, ਇਹ ਸੌਦੇ ਮੁੱਲ ਨਹੀਂ ਮਿਲਦਾ, ਤੂੰ ਲੱਭਦੀ ਫਿਰੇ ਉਧਾਰ ਕੁੜੇ, ਤੂੰ ਲੱਭਦੀ ਫਿਰੇ ਉਧਾਰ ਕੁੜੇ। ਧੰਨਵਾਦ। ਸੋ ਮੇਰੀ ਇਹ ਪਹਿਲੀ ਕਹਾਣੀ ਆ, ਤਾਂ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ, ਤਾਂ ਹੋਰ ਕਹਾਣੀਆਂ ਦੇ ਲਈ ਪੇਜ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।